ਆਪਾਂ 4.3। ਕੁਛ ਪਹਿਲਾਂ ਕਿ ਆਪਣੇ ਕੋਲ 2,14 ਵਿੱਚੋਂ ਹੋ ਕੇ ਜਾਣ ਵਾਲੀਆਂ ਦੋ ਸਮੀਕਰਨਾਂ ਜਾਂ ਰੇਖਾਵਾਂ, ਇੱਕੋ ਚੀਜ਼ਾਂ ਜੋ ਸਮੀਕਰਨਾਂ ਹੋਣਗੀਆਂ ਉਹਨਾਂ ਦੀਆਂ ਰੇਖਾਵਾਂ ਬਣਦੀਆਂ ਆਪਣੇ ਕੋਲ ਵੀ ਆਪਾਂ ਗ੍ਰਾਫ ਦੇ ਵਿੱਚ ਰੇਖਾਵਾਂ ਬਣਾਉਂਦੇ ਹਾਂ ਉਹ ਲਿਖਣੀਆਂ ਆ। ਹੁਣ ਜਦੋਂ ਪਹਿਲੇ ਕੁਐਸਚਨ ਆਪਾਂ ਕੀਤੇ ਆ ਉਹਦੇ ਵਿੱਚ ਕੀ ਸੀ ਆਪਣੇ ਕੋਈ ਨਾ ਕੋਈ ਇਕੁਏਸ਼ਨ ਮੰਨ ਲੈ ਕਿ ਐਕਸ ਜਮਾ ਵਾਈ ਬਰਾਬਰ 4 ਇਹ ਦਿੱਤੀ ਹੁੰਦੀ ਸੀ ਇਕੁਏਸ਼ਨ, ਤਾਂ ਕਿਤੇ ਪੁਆਇੰਟ ਕਰਦੇ ਸੀ ਐਕਸ 0 ਲੈ ਕੇ ਵਾਈ ਕਰਦੇ ਸੀ, ਐਕਸ 1 ਲੈ ਕੇ ਫਿਰ ਵਾਈ ਕਰਦੇ ਸੀ। ਹੁਣ ਇਹਦੇ ਵਿੱਚ ਕਿਉਂਕਿ ਪੁਆਇੰਟਸ ਪਹਿਲਾਂ ਦੇਖਦੇ ਆ, ਪੁਆਇੰਟਸ ਪਹਿਲਾਂ ਦੇਖਦੇ ਆ ਅਤੇ ਸਾਨੂੰ ਕਹਿੰਦਾ ਕਿ ਇਸ ਤਰ੍ਹਾਂ ਦੀ ਸਮੀਕਰਨ ਬਣਾਓ, ਇਕੁਏਸ਼ਨ ਬਣਾਓ, ਠੀਕ ਹੈ। ਹੁਣ ਜਦੋਂ ਵੀ ਆਪਾਂ ਇਕੁਏਸ਼ਨ ਬਣਾਉਣੀ ਆ ਇਹਦਾ ਮਤਲਬ ਇਹ ਹੁੰਦਾ ਆ ਕਿ ਆਹ ਵਾਲੇ 2 ਪੁਆਇੰਟਸ ਜਿਹੜੇ ਨੇ ਆਪਾਂ ਉਸ ਇਕੁਏਸ਼ਨ 'ਚ ਭਰੀਏ ਤਾਂ ਉਹਦਾ ਆਂਸਰ ਕੀ ਬਣਨਾ ਚਾਹੀਦਾ, 0, ਠੀਕ ਹੈ, ਤਾਂ ਆਪਣੇ ਕੋਲ ਇਕੁਏਸ਼ਨ ਬਣੂਗੀ। ਹੁਣ ਪਹਿਲਾਂ ਆਪਾਂ 2 ਦੇ ਇਹਦੇ 'ਤੇ 14 ਦੇ ਆਪਰੇਸ਼ਨ ਲਾਈਏ ਕਿ 0 ਕਿੱਦਾਂ ਬਣਦਾ ਹੈ 2 ਦੇ 14 ਦੇ ਨਾਲ। ਦੇਖੋ ਮੈਂ ਲਿਖਦਾ 2 + 14 ਮਾਈਨਸ ਲਿਖਦੇ ਆਪਾਂ। ਹੁਣ 2 + 14 ਕਿੰਨੇ ਹੋ ਗਏ, 16 ਹੋ ਗਏ, ਪਰ ਮੈਨੂੰ ਜੇ ਇੱਥੇ ਚਾਹੀਦੀ ਹੁਣ 0 ਬਰਾਬਰ ਇੱਥੇ 0 ਚਾਹੀਦਾ ਹੋਵੇ, ਇੱਥੇ ਵੀ ਕੋਈ ਚੀਜ਼ ਹੋਵੇ, ਇੱਥੇ ਕੁਛ ਆਪਾਂ ਆਪ ਲਿਖਾਂਗੇ, ਸਾਈਨ ਲਗਾਵਾਂਗੇ, 16 ਬਣ ਗਿਆ। ਹੁਣ ਆਪਾਂ ਨੂੰ ਜੇ 0 ਚਾਹੀਦਾ ਹੋਵੇ ਆਪਾਂ ਇੱਥੇ ਹੋਰ ਕੀ ਕਰਾਂਗੇ, ਇਹਨਾਂ ਦੋਵਾਂ ਦਾ ਜੋੜ ਕਿੰਨਾ ਬਣ ਗਿਆ 16, ਬਟ 16 ਤਾਂ ਇਹ ਬਣ ਗਿਆ, ਅਗਰ ਆਪਾਂ ਇੱਥੇ ਇਸ ਜਗ੍ਹਾ 'ਤੇ ਆਪਾਂ ਕੋਈ ਨਾ ਕੋਈ ਸਾਈਨ ਲਾਵਾਂਗੇ, ਇਸ ਜਗ੍ਹਾ 'ਤੇ ਕੋਈ ਨਾ ਕੋਈ ਵੈਲਿਊ ਲਿਖਾਂਗੇ, ਠੀਕ ਆ, ਇੱਕ ਸਾਈਨ ਲਿਖਾਂਗੇ ਇੱਕ ਵੈਲਿਊ ਲਿਖਾਂਗੇ, ਤਾਂ ਉਹ ਤੁਸੀਂ ਦੱਸੋ ਕਿ ਕਿੱਦਾਂ 0 ਬਣੂਗਾ ਆਪਣੇ। 16 ਹੋ ਗਿਆ ਨਾ, 16 ਦੇ ਵਿੱਚ ਕੀ ਕਰਾਂਗੇ ਆਪਾਂ, 16 'ਚ 16 ਘਟਾ ਦਾਂਗੇ ਤਾਂ ਆਪਣੇ ਕੋਲ 0 ਆ ਜਾਊਗਾ, ਇਹਦਾ ਮਤਲਬ ਇਹ ਹੋਇਆ ਕਿ ਇੱਥੇ ਮਾਈਨਸ ਸਾਈਨ ਆਊਗਾ, ਇੱਧਰ ਕੀ ਆਊਗਾ 16, ਆਹ ਇਕੁਏਸ਼ਨ ਬਣ ਗਈ। ਹੁਣ ਇਕੁਏਸ਼ਨ ਕੀ ਹੁੰਦੀ ਹੈ, ਇਕੁਏਸ਼ਨ ਦੇ ਵਿੱਚ ਆਪਣੇ ਕੋਲ 4 ਹੁੰਦੇ ਨੇ ਵੇਰੀਏਬਲ, ਐਕਸ ਵਾਈ 'ਚ ਇਕੁਏਸ਼ਨ ਹੁੰਦੀ ਹੈ ਨਾ, ਆਹ ਪਹਿਲਾ ਨੰਬਰ ਜਿਹੜਾ ਹੁੰਦਾ ਇਹ ਕਿਹੜਾ ਹੁੰਦਾ, ਪਹਿਲਾ ਨੰਬਰ ਕਿਹੜਾ ਹੁੰਦਾ ਵਾ, ਦੂਸਰਾ ਕਿਹੜਾ ਹੁੰਦਾ, ਵਾਈ ਹੁੰਦਾ ਆ। ਹੁਣ ਜਿਹੜਾ 2 ਆ ਇਹਨੂੰ ਆਪਾਂ ਇਹਦੀ ਜਗ੍ਹਾ 'ਤੇ ਆਪਾਂ ਲਿਖਦੇ ਐਕਸ, ਫਿਰ ਮੈਂ ਲਿਖਿਆ ਵਾਈ, ਫਿਰ ਮੈਂ ਲਿਖਿਆ 16 = 0, ਇਕੁਏਸ਼ਨ ਬਣ ਗਈ। ਹੁਣ ਐਕਸ ਵਾਈ ਦੀ ਜਗ੍ਹਾ 'ਤੇ ਵੈਲਿਊ ਕਿਹੜੀ ਆਣੀ ਆ, ਦੋਵੇਂ ਜਦੋਂ ਜੁੜਨਗੀਆਂ ਤਾਂ 16 ਮਾਈਨਸ ਹੋਊਗਾ, ਬਰਾਬਰ ਆਂਸਰ ਕੀ ਦੇਣਗੇ, 0 ਦੇਣਗੇ, ਇਕੁਏਸ਼ਨ ਬਣ ਗਈ ਇੱਕ ਆਪਣੇ ਕੋਲ। ਸੈਕਿੰਡ ਹੋਰ ਕੋਈ ਇਕੁਏਸ਼ਨ ਬਣ, ਦੂਸਰੀ ਆਪਾਂ ਲਿਖਦੇ ਹਾਂ 2 = 14 ਬਰਾਬਰ 0, ਇਹਨਾਂ ਦੋਵਾਂ 'ਚ ਕੀ ਕਰੀਏ ਕਿ ਆਪਣੇ ਕੋਲ 14 ਆ ਜਾਏ, ਇਹਨਾਂ ਦੋਵਾਂ 'ਚ ਜੇ ਮੈਂ 14 ਚੋਂ 14 ਮਾਈਨਸ ਕਰੀਏ 0 ਆਊਗਾ, ਆਊਗਾ ਨਾ 0, 14 ਚੋਂ 14 ਮਾਈਨਸ ਕਰਨ ਦੇ ਲਈ ਆਪਾਂ ਨੂੰ ਇੱਧਰ 14 ਚਾਹੀਦੇ ਆ, ਇੱਥੇ 14 ਕਿੱਦਾਂ ਬਣਨਗੇ, ਇੱਧਰ 14 ਕਿੱਦਾਂ ਬਣਨਗੇ, 2 × 7 = 14, ਇਹਨੂੰ ਆਪਾਂ 7 ਨਾਲ ਗੁਣਾ ਕਰਾਂਗੇ, ਇੱਥੇ ਆਊਗਾ ਗੁਣਾ 7 ਤੇ ਇੱਥੇ ਆਊਗਾ ਮਾਈਨਸ। ਹੁਣ ਜਿਹੜਾ 2 ਆ ਇਹ ਆਪਣੇ ਕੋਲ ਕੀ ਹੈ ਐਕਸ, ਆਪਾਂ ਇਹਨੂੰ ਲਿਖਦੇ 7x ਲਿਖ ਲਿਆ, ਮਾਈਨਸ ਕੀ ਆ ਗਿਆ ਆਪਣੇ ਕੋਲ 14 ਬਰਾਬਰ 0, ਦੂਸਰੀ ਵੈਲਿਊ ਆ ਗਈ ਐਕਸ ਦੀ ਵੈਲਿਊ ਕਿੰਨੀ ਹੋਊਗੀ 2 ਭਰੀ ਜਾਊਗੀ 14 ਆਪਾਂ ਲਿਖਦੇ, ਇਕੁਏਸ਼ਨ ਕੀ ਬਣ ਗਈ 0, ਇਹ ਕਿਹੜੀ ਇਕੁਏਸ਼ਨ ਬਣ ਗਈ ਆਪਣੇ ਕੋਲ, ਦੂਸਰੀ ਬਣ ਗਈਆਂ ਦੋਨੇ ਇਕੁਏਸ਼ਨਸ, ਕੋਈ ਹੋਰ ਇਕੁਏਸ਼ਨ ਸੋਚੀ, ਮੈਂ ਕਹਿੰਦਾ 2 ਹੀ ਕਿਆ ਬਣਾਉਣ ਨੂੰ, ਕੋਈ ਹੋਰ ਆਪਾਂ ਸੋਚਦੇ ਹਾਂ ਆਪਣੇ ਮਾਈਂਡ, ਤਾਂ ਹੋਰ ਕਿਹੜੀ ਬਣ ਸਕਦੀ ਹੈ, ਆਹ ਦੇਖੋ ਧਿਆਨ ਨਾਲ 2 - 14 ਕਿੰਨਾ ਆਉਂਦਾ ਆਊਗਾ, 2 - 14 = 2 - 14 ਕਿੰਨਾ ਆਨਸਰ ਆਣਾ, 2 - 14 ਹੁਣ ਜੇ ਆਪਾਂ 2 ਚੋਂ 14 ਮਾਈਨਸ ਕਰਦੇ ਆਪਣੇ ਕੋਲ ਆਨਸਰ ਆਉਂਦਾ ਆ -12 ਆ ਗਿਆ। ਹੁਣ -12 ਆ ਬਰਾਬਰ ਆਪਾਂ ਇੱਥੇ ਬਣਾਉਂਦੇ ਹਾਂ 0, ਇੱਧਰ ਕੀ ਚੀਜ਼ ਕੀਤੀ ਆ, ਲੋਕ ਚਾਹੀਦਾ ਨਾ, ਇਹਨਾਂ ਦੋਵਾਂ ਦਾ -12 ਆ ਗਿਆ -12, ਹੁਣ ਇੱਥੇ ਕੋਈ ਸਾਈਨ ਲਗਾਈਏ ਆਪਾਂ ਅਤੇ ਇੱਥੇ ਕੋਈ ਵੈਲਿਊ ਲਿਖੀਏ, ਕੀ ਲਿਖਾਂਗੇ, ਹਾਂਜੀ +12, ਸ਼ਾਬਾਸ਼ +12, ਇੱਕ ਵੈਲਿਊ ਪਲੱਸ ਕੀ ਹੋਵੇ, ਇੱਕ ਮਾਈਨਸ ਕੀ ਹੋਵੇ, ਕੱਟ ਕੇ 0 ਆਨਸਰ ਆ ਜਾਂਦਾ, ਠੀਕ ਆ। ਇਟ ਮੀਨਸ ਆਹ ਕੀ ਸੀਗਾ ਆਪਣੇ ਕੋਲ ਐਕਸ -y, ਆਪਾਂ ਲਗਾਇਆ ਕੀ +12, ਇਹ ਰਹਿ ਆਪਣੇ ਕੋਲੋਂ, ਦੈਨ ਆਨਸਰ ਕੀ ਦੇ ਰਿਹਾ ਇਹ 0, ਇਟ ਮੀਨਸ ਕਿ ਆਹ ਵਾਲੀ ਕੀ ਹੋ ਗਈ ਆਪਣੀ ਇਕੁਏਸ਼ਨ ਬਣ ਗਈ, ਠੀਕ ਹੈ, ਆਹ ਪੰਚੀ ਕੀਤਾ, ਕਲੀਅਰ। ਇਸ ਤਰ੍ਹਾਂ ਹੀ ਆਪਾਂ ਹੋਰ ਵੀ ਇਕੁਏਸ਼ਨਸ ਬਣਾ ਸਕਦੇ ਹਾਂ, ਆਪਣੇ ਮਾਈਂਡ ਨੂੰ ਯੂਜ਼ ਕਰਕੇ ਟਰਾਈ ਕਰਿਓ ਅਤੇ ਹੋਰ ਬਣਾਇਓ।
ठीक है। दैन नैक्सट क्वेश्चन आ गया अपने क्वेश्चन नंबर थर्ड, जे कहता 3.43 / ax = 7 ते स्थित है। हुण इहदा मतलब की है जदों भी इदां चीज आउंदी कहता ए वाले पॉइंट जिहड़े ने ना ए इस लाइन दे उपर आउंदे आ, जदों ए पॉइंट इस लाइन ते आणगे तां ए आंसर 0 बणाऊगी। आ इक्वेशन आंसर की बणाऊगी 0 बणाऊगी। देखो y दी जगह ते y दी वैल्यू आ जानी है, x दी जगह ते x आ जानी है, a दी वैल्यू ते नहीं हैगी अपने को, इसलिए उन्हें अपन ए दी वैल्यू फाइंड करनी है। तां ए दी वैल्यू अपन फाइंड करांगे। हुण इसनूं सॉल्व करदे आ अपन, 3 y है, y कितना अपने को 4, x कितना 3, y दी जगह ते आ गया गुणा 4 फिर इक्वल टू द साइन इज इक्वल टू फिर a, a दे नाल की आ गया 3 जमा 7 3 चौके 12 ये आ गया 12 3 ਨੂੰ ਇਹਨਾਂ ਗੁਣਾ ਕੀਤੀ 3 ਇਹ ਜਮਾ 7 ਹੁਣ ਆਪਣੇ ਕੋਲ ਦੇਖੋ ਧਿਆਨ ਨਾਲ ਕਿ ਇੱਕ ਦੋ ਜਿਹੜੀਆਂ ਵੈਲਿਊਜ਼ ਨੇ ਉਹ ਅਚਲ ਨੇ ਠੀਕ ਹੈ, ਇੱਕ ਦੇ ਨਾਲ ਇਹ ਲੱਗਾ ਹੋਇਆ, ਦੋ ਜਿਹੜੀਆਂ ਨੇ ਸਿੰਪਲ ਨੰਬਰ ਨੇ ਆਪਣੇ, ਜਿਹੜਾ ਵੀ ਆਪਰੇਸ਼ਨ ਲੱਗੂਗਾ ਇਹਨਾਂ ਦੋਵਾਂ ਤੇ ਲੱਗੂਗਾ, ਕੁਝ ਵੀ ਕਰਾਂਗੇ ਪਲੱਸ ਮਾਈਨਸ। ਆਪਾਂ 3 ਇਹਨੂੰ ਫਾਈਂਡ ਕਰਨਾ, ਤੁਹਾਨੂੰ ਦੱਸਿਆ ਕਿ ਇਹਨੂੰ ਆਪਾਂ ਇਹਦੀ ਜਗ੍ਹਾ ਤੋਂ ਛੇੜਨਾ, 3 ਇਹਨੂੰ ਆਪਾਂ ਇੱਥੇ ਰੱਖਾਂਗੇ, 3 ਇੱਥੇ ਰਿਹਾ, ਆਪਾਂ ਇਹਦੇ ਨਾਲ ਉਹ 7 ਘਟਾਵਾਂਗੇ, 7 ਕਿੱਧਰ ਜਾਣਗੇ ਖੱਬੇ ਪਾਸੇ ਠੀਕ ਆ। ਹੁਣ ਆ 12 ਇੱਧਰ ਲਿਖੀ ਆਪਾਂ, 7 ਦੇ ਅੱਗੇ ਸਾਈਨ ਕਿਹੜਾ, ਜਦੋਂ ਇਹਨੇ ਬਰਾਬਰ ਤੋਂ ਦੂਜੇ ਪਾਸੇ ਸ਼ਿਫਟ ਹੋਣਾ ਵਾ ਜਾਣਾ ਆ ਤਾਂ ਇਹਦਾ ਸਾਈਨ ਕੀ ਹੋਣਾ ਆ, ਚੇਂਜ ਹੋਣਾ, ਵਾਈ ਪਲੱਸ ਆ ਦੈਨ ਮਾਈਨਸ, ਇਹ ਹੋ ਗਿਆ। ਹੁਣ 12 ਨੂੰ 7 ਘਟਾ ਲਓ, 12 ਨੂੰ 7 ਘਟਾਏ ਕਿੰਨੇ ਆ ਗਏ 5, 5 ਬਰਾਬਰ ਕਿੰਨੇ ਆ ਗਿਆ ਆਪਣੇ ਕੋਲ 3 a, ਠੀਕ ਆ। ਹੁਣ ਇਹ ਦੋਵੇਂ ਕੱਚ ਪਏ ਨੇ, 3 ਤੇ a ਪਲੱਸ ਚ ਪਏ ਨੇ, ਇਹ ਸਾਈਨ ਹੈ ਕੋਈ ਗੁਣਾ ਚ ਪਏ ਨੇ, ਜਦੋਂ ਗੁਣਾ ਦੀ ਚੀਜ਼ ਪਈ ਆ ਤਾਂ ਕੀ ਹੁੰਦੀ ਉਹ ਭਾਗ, ਇਟ ਮੀਨਸ a ਨੂੰ ਆਪਾਂ ਫਾਈਂਡ ਕਰਨਾ, a ਆਪਣੀ ਜਗ੍ਹਾ ਤੇ ਰਹੂਗਾ, a ਨੂੰ ਆਪਾਂ ਛੇੜਨਾ ਨਹੀਂ, ਭਾਗ ਕੀ ਹੋਊਗਾ 3, ਇਹ ਕੀ ਹੋਊਗਾ 5/3, ਥੈਰਫੋਰ a ਵਿਲ ਬੀ 5/3, ਇਹ ਆਪਣਾ ਕੋਈ ਕੁਐਸਚਨ ਨੰਬਰ 4। ਫੋਰਥ ਕੁਐਸਚਨ ਦੇ ਵਿੱਚ ਕੀ ਆਪਣੇ ਕੋਲ ਦਿੱਤਾ ਹੋਇਆ ਆ ਕਿ ਇੱਕ ਨਗਰ ਵਿੱਚ ਟੈਕਸੀ ਦਾ ਕਿਰਾਇਆ ਜਿਹੜਾ ਆ ਹੇਠ ਲਿਖੇ ਅਨੁਸਾਰ ਆ, ਪਹਿਲੇ ਕਿਲੋਮੀਟਰ ਦਾ ਕਿਰਾਇਆ, ਮਤਲਬ ਕਿ ਜੇ ਆਪਾਂ 1 ਕਿਲੋਮੀਟਰ ਜਾਂਦੇ ਆ, 1 ਕਿਲੋਮੀਟਰ ਜਾਂਦੇ ਆ ਆਪਾਂ ਨੂੰ 8 ਰੁਪਏ ਦੇਣੇ ਪੈਂਦੇ ਆ, ਕਲੀਅਰ, ਪਹਿਲੇ 1 ਕਿਲੋਮੀਟਰ ਦਾ ਕਿਰਾਇਆ ਕਿੰਨਾ ਆ 8 ਰੁਪਏ, ਉਸ ਤੋਂ ਬਾਅਦ ਜਿਵੇਂ ਅਗਲੇ 2 ਕਿਲੋਮੀਟਰ ਜਾਂਦਾ, ਇਹ ਤੋਂ ਜਿੰਨੇ ਵੀ ਕਿਲੋਮੀਟਰ ਆਪਾਂ ਤੈਅ ਕਰਦੇ ਉਹਦਾ ਹਰ ਕਿਲੋਮੀਟਰ ਦਾ ਆਪਾਂ ਨੂੰ 5 ਰੁਪਏ ਦੇਣੇ ਪੈਂਦੇ ਆ, ਉਹਦੇ ਆਪਾਂ ਨੂੰ 5 ਰੁਪਏ ਦੇਣੇ ਪੈਂਦੇ ਆ, 2 ਕਿਲੋਮੀਟਰ ਦੇ 5 ਰੁਪਏ ਪੈ ਗਏ, ਫਿਰ ਆਪਾਂ ਅਗਲੇ 3 ਕਿਲੋਮੀਟਰ ਤੇ ਜਾਂਦੇ ਆ, ਅਗਲਾ ਫਿਰ 1 ਕਿਲੋਮੀਟਰ ਬਣ ਗਿਆ, ਉਹਦੇ ਫਿਰ 5 ਰੁਪਏ ਦਿੰਦੇ ਆ, ਬਲੇ ਪਹਿਲੇ ਕਿਲੋਮੀਟਰ ਦੇ 8 ਰੁਪਏ ਆ, ਉਸ ਤੋਂ ਬਾਅਦ ਜਿੰਨਾ ਵੀ ਕਿਲੋਮੀਟਰ ਤੁਸੀਂ ਤੈਅ ਕਰਦੇ ਹੋ ਉਹਦੇ ਪਰ ਕਿਲੋਮੀਟਰ ਦਾ 5 ਰੁਪਏ 5 ਰੁਪਏ 5 ਰੁਪਏ ਪਈ ਜਾਂਦੇ ਆ, ਠੀਕ ਆ। ਬਲੇ ਆਪਾਂ 3 ਕਿਲੋਮੀਟਰ ਗਏ ਤਾਂ 18 ਰੁਪਏ ਬਣ ਗਏ ਕਿਰਾਇਆ ਟੋਟਲ ਬਣ ਗਏ। ਹੁਣ ਆਪਣੇ ਕੋਲ ਤੈਅ ਕੀਤੀ ਗਈ ਦੂਰੀ, ਜਿਹੜੀ ਕੁੱਲ ਦੂਰੀ ਦਿੱਤੀ ਆ ਨਾ ਕਿ ਕੋਈ ਬੰਦਾ ਟੈਕਸੀ ਜਾ ਰਿਹਾ ਉਹ ਕਿੰਨੀ ਦੂਰ ਗਿਆ, x ਕਿਲੋਮੀਟਰ, ਪਤਾ ਨਹੀਂ ਸਾਨੂੰ ਕਿੰਨੇ ਕਿਲੋਮੀਟਰ x ਕਿਲੋਮੀਟਰ, ਕੁੱਲ ਕਿਰਾਇਆ ਜਿਹੜਾ y ਰੁਪਏ, ਟੋਟਲ ਕਿਰਾਇਆ ਜਿਹੜਾ ਆ ਉਹਦਾ ਕੀ ਆ, ਉਹ y ਰੁਪਏ ਕਿਰਾਇਆ ਆ। 1 ਕਿਲੋਮੀਟਰ ਪਹਿਲੇ ਕਿਲੋਮੀਟਰ ਦਾ ਕਿਰਾਇਆ ਕਿੰਨਾ 8 ਰੁਪਏ, 1 ਕਿਲੋਮੀਟਰ ਤੋਂ ਬਾਅਦ ਦਾ ਕਿਰਾਇਆ ਕਿੰਨਾ ਰੁਪਏ 5 ਰੁਪਏ, ਜੋ ਆਪਾਂ ਕਰ ਕੀਤੇ ਆ 1 ਕਿਲੋਮੀਟਰ ਤੋਂ, ਦੇਖੋ 1 ਕਿਲੋਮੀਟਰ ਉਹ ਤੈਅ ਕਰ ਲਿਆ, ਜਿਹੜੀ ਬਾਕੀ ਦੂਰੀ ਬਚੀ ਟੋਟਲ ਦੂਰੀ ਕਿੰਨੀ ਆ x, x ਦੇ ਵਿੱਚੋਂ 1 ਕੱਟ ਦੋ ਬਾਕੀ ਦੂਰੀ ਨਿਕਲੇ ਆਪਣੇ ਕੋ, ਆਪਾਂ ਉਹ ਹੀ ਕੀਤਾ x ਦੇ ਵਿੱਚੋਂ ਆਪਾਂ 1 ਕੱਟਤਾ, ਠੀਕ ਹੈ, x ਦੇ ਵਿੱਚੋਂ 1 ਕਿਲੋਮੀਟਰ ਕੱਢੇ 8 ਰੁਪਏ ਘਟ ਗਏ, ਬਾਕੀ ਜਿੰਨੀ ਦੂਰੀ ਬਚੀ ਉਹਨੂੰ 5 ਲਾ ਕੇ ਉਹ ਵੀ ਗੁਣਾ, ਮਤਲਬ ਕਿ 8 ਕੱਟ ਗਏ, 8 ਕੱਟ ਗਏ, ਅੱਗੇ ਕਿੰਨੇ ਕਿਲੋਮੀਟਰ ਬਣੇ 2, 1 ਆ ਬਣੇ 1 ਆ 2 ਬਣੇ ਨਾ, 1 ਦਾ ਕਿੰਨਾ ਕਰਾਇਆ 5, ਮਤਲਬ ਕਿ ਆ ਦਾ ਆਨਸਰ 2 ਬਣ ਗਿਆ, ਇੱਥੇ ਨਾਲ 5 ਗੁਣਾ ਹੋਇਆ ਕਿੰਨਾ ਬਣ ਗਿਆ 10, 18, ਠੀਕ ਹੈ। ਜਿਹੜਾ ਅਗਲਾ ਕਿਲੋਮੀਟਰ ਹੈ ਉਹ ਇੱਕ x ਤੋਂ ਆਪਾਂ 1 ਮਾਈਨਸ ਕਰਤਾ, ਮਲਟੀਪਲਾਈ 5 ਨਾਲ ਕਰਤਾ, ਆਪਣੇ ਕੋਲ ਉਹ ਜਿਹੜਾ ਅਗਲਾ ਕਿਰਾਇਆ ਨਿਕਲ ਗਿਆ, ਕੁੱਲ ਕਿਰਾਇਆ ਬਰਾਬਰ ਗਿਆ 8, ਹੁਣ ਕੁੱਲ ਕਿਰਾਇਆ ਕਿੰਨਾ ਆ, ਦੇਖੋ 1 ਕਿਲੋਮੀਟਰ ਦਾ ਪਲੱਸ ਬਾਕੀ ਬਚੇ ਕਿਲੋਮੀਟਰ, ਬਾਕੀ ਕਿਲੋਮੀਟਰ ਜਿਹੜੇ ਆ, ਕਲੀਅਰ, ਕੁੱਲ ਕਿਰਾਇਆ ਕਿੰਨਾ, ਉਹਨੂੰ 8 ਰੁਪਏ ਦਾ ਪਹਿਲੇ ਜੁੜਨੇ ਆ, ਉਸ ਤੋਂ ਬਾਅਦ ਕਿਹੜਾ ਕਿਰਾਇਆ ਇਹ ਵਾਲਾ ਉਹ ਐਡ ਹੋ ਗਿਆ ਵਿੱਚ, ਠੀਕ ਹੈ। ਤੇ ਜਿਹੜਾ ਕੁੱਲ ਕਿਰਾਇਆ ਆਪਣੇ ਕੋਲ ਕਿੰਨਾ ਦਿੱਤਾ y, ਇਸ ਸਾਈਡ ਆ ਗਿਆ ਉਹ y ਇਸ ਇਕੁਅਲ ਟੂ 8 ਪਲੱਸ ਆ ਬ੍ਰੈਕਟ ਦੇ ਨਾਲ ਪਏ y 5 ਇਧਰ ਮਲਟੀਪਲਾਈ ਹੋਣਗੇ, ਇਹ ਕੀ ਆ ਗਿਆ 5x ਮਾਈਨਸ 5 ਇਧਰ 5, 5 ਦੋਵਾਂ ਨਾਲ ਗੁਣਾ ਹੋਇਆ x ਦੇ ਨਾਲ ਵੀ ਮਲਟੀਪਲਾਈ ਹੋਇਆ ਤੇ 1 ਦੇ ਨਾਲ ਵੀ, ਦੈਨ ਆਪਣੇ ਕੋਲ ਇਹਦਾ y ਇਸ ਇਕੁਅਲ ਟੂ 5x, ਆ ਦੋਵੇਂ ਨੰਬਰ ਨੇ 8 ਤੋਂ 5 ਘਟਾਏ 3, ਵੱਡੀ ਸੰਖਿਆ 8 ਆ ਜਮਾ ਤੇ 3 ਆ, ਕਲੀਅਰ। ਹੁਣ ਇਕੁਏਸ਼ਨ ਬਣਾਣੀ ਆਪਾਂ, y ਇੱਧਰ ਆ ਗਿਆ 5x ਨੂੰ ਆਪਾਂ ਇਸ ਸਾਈਡ ਲੈ ਕੇ ਮਾਈਨਸ ਦੇ 5x ਇਜ਼ ਇਕੁਅਲ ਟੂ ਕੀ ਆ ਗਿਆ, ਆ ਇਕੁਏਸ਼ਨ ਬਣ ਗਈ ਆਪਣੇ, ਕਲੀਅਰ।
ਫਿਰ ਕੁਐਸਚਨ ਆਪਣਾ ਫੋਰਥ ਇਕੁਏਸ਼ਨ ਜਿਹੜੀ ਆਪਣੇ ਕੋਲ ਬਣੀ ਸੀਗੀ ਇਕੁਏਸ਼ਨ ਬਣੀ ਸੀ y = 5x + 3 ਇਸ ਤੋਂ ਬਾਅਦ ਕੀ ਬਣਾਉਣਾ ਆਪਾਂ ਇਹਦਾ ਗ੍ਰਾਫ ਗ੍ਰਾਫ ਡਰਾ ਕਰਨਾ ਆਪਾਂ ਸੋ ਉਹਦੇ ਲਈ ਪਹਿਲਾਂ ਆਪਾਂ ਇੱਕ ਬਾਕਸ ਬਣਾ ਦੇਈਏ ਤਾਂ ਆਪਾਂ x ਅਤੇ y ਦੀ ਵੈਲਿਊ ਲਿਖ ਲਈਏ x ਐਂਡ y ਧਿਆਨ ਨਾਲ ਵੇਖੋ ਕਿ ਕਿਹੜੀ ਵੈਲਿਊ ਆਪਾਂ ਨੂੰ ਭਰਨੀ ਚਾਹੀਦੀ ਹੈ x ਵਾਲੀ ਭਰਨੀ ਚਾਹੀਦੀ ਹੈ y ਵਾਲੀ ਭਰਨੀ ਚਾਹੀਦੀ ਹੈ ਜਿਹੜੀ ਚੀਜ਼ ਦੇਖੋ ਇੱਧਰ ਜੇ ਮੈਂ x ਦੀ ਵੈਲਿਊ ਭਰੂੰਗਾ ਇੱਧਰ ਆਨਸਰ ਬਣ ਜਾਣਾ y ਨਿਕਲੀ ਜਾਣਾ ਆਰਾਮ ਨਾਲ ਠੀਕ ਹੈ ਨਾ ਜੇ ਮੰਨ ਲਓ ਉਲਟ ਹੁੰਦਾ x ਇੱਧਰ ਹੁੰਦਾ y ਇੱਥੇ ਹੁੰਦਾ ਜੇ ਮਤਲਬ ਕਿ ਆਪਣੇ ਕੋਲ ਇਕੁਏਸ਼ਨ ਹੁੰਦੀ x = 5y + 3 ਆ ਚੀਜ਼ ਹੁੰਦੀ ਠੀਕ ਹੈ ਫਿਰ ਆਪਾਂ ਜਿਹੜੇ ਸਮ ਕੀਤੇ ਨੇ ਉਹਨਾਂ ਵਿੱਚ ਕੀ ਆਪਾਂ y ਨੂੰ ਖੱਬੇ ਪਾਸੇ ਰੱਖਿਆ ਆ ਅਤੇ x ਨੂੰ ਆਪਾਂ ਸੱਜੇ ਪਾਸੇ ਰੱਖਿਆ ਇੱਦਾਂ ਕੀਤੇ ਨਾ ਕਿ ਆਪਾਂ ਹਮੇਸ਼ਾ x ਦੀ ਵੈਲਿਊ ਭਰਦੇ ਰਹੇ ਹਾਂ ਠੀਕ ਹੈ ਹੁਣ ਇਕੁਏਸ਼ਨ ਦੋਵਾਂ ਦੇ ਫਰਕ ਕੀ ਆ ਜ਼ਰੂਰੀ ਨਹੀਂ ਕਿ ਤੁਸੀਂ ਹਮੇਸ਼ਾ ਇਹੀ ਦਿਮਾਗ 'ਚ ਰੱਖਣਾ ਕਿ ਮੈਂ y ਨੂੰ ਵੀ ਇੱਧਰ ਰੱਖਾਂ ਅਤੇ x ਇੱਧਰ ਰੱਖਾਂ ਇਹ ਜ਼ਰੂਰੀ ਨਹੀਂ ਹੈਗਾ ਤੁਸੀਂ ਜਿਹਦੀ ਵੈਲਿਊ ਪੁੱਟ ਕਰੋਗੇ ਦੂਸਰੇ ਦੀ ਵੈਲਿਊ ਆਈ ਜਾਣੀ ਆ ਹੁਣ ਕੀ ਆ ਮੈਂ ਇੱਧਰ ਇੱਧਰਲਾ ਟੇਬਲ ਬਣੂਗਾ ਕੀ ਬਣੂਗਾ ਇੱਧਰ ਉੱਪਰ ਮੈਂ y ਰੱਖੂੰਗਾ ਇੱਧਰ ਨੀਚੇ x ਰੱਖਾਂਗਾ ਠੀਕ ਹੈ ਜੇ ਮੈਂ y 0 ਲਊਂਗਾ ਦੇਖੋ y 0 ਲਿਆ ਆਪਾਂ ਇੱਥੇ 0 ਆ ਗਿਆ 5 ਨੂੰ 0 ਨਾਲ ਗੁਣਾ ਹੋਏ ਕੀ ਆ ਗਿਆ 0 0 ਤੇ 3 ਜੋੜਿਆ ਕਿੰਨਾ ਆ ਗਿਆ 3 ਆ ਗਿਆ 0 ਇਹ ਮਤਲਬ 3 ਆ ਗਿਆ ਬਲ ਇਹ y 0 ਦਾ x ਕਿੰਨਾ ਨਿਕਲਦਾ 3 ਨਿਕਲਦਾ ਇਹ ਜ਼ਰੂਰੀ ਨਹੀਂ ਹੁੰਦਾ ਤੁਹਾਡੇ ਕੋਲ ਜਿਹੜੀ ਚੀਜ਼ ਉਸ ਸਾਈਡ ਤੇ ਪਈ ਹੋਵੇ ਜਿਹੜੀ ਤੁਸੀਂ y ਨੂੰ ਭਰੀ ਜਾਓ ਬਿਸ਼ਕ x ਨੂੰ ਭਰੀ ਜਾਓ ਆਨਸਰ ਦੋਵੇਂ ਦੇ ਜਿਹੜੇ ਗ੍ਰਾਫ ਆ ਉਹ ਸੇਮ ਬਣਨਗੇ ਠੀਕ ਹੈ ਗ੍ਰਾਫ 'ਚ ਨਹੀਂ ਕੋਈ ਫਰਕ ਪੈਣਾ ਇਹ ਕੁਐਸਚਨ ਗ੍ਰਾਫ ਤੇ ਆ ਕੇ ਗਲਤ ਹੋਣੇ ਤੇ ਗ੍ਰਾਫ ਤੇ ਆ ਕੇ ਸਹੀ ਹੋਣੇ ਆ ਚਾਰਜ ਦੈਨ ਨੈਕਸਟ ਆਪਰ ਨੂੰ ਆਪਾਂ ਇਹ ਕੋਡ ਕਰੀ ਆਪਾਂ x ਕੀ ਲੈਣਾ ਆਪਾਂ 0 1 ਦੈਨ 2 ਠੀਕ ਹੈ y x ਆਪਣੇ ਕੋਲ ਗਿਆ ਜਦੋਂ 0 ਆ ਦੈਨ y ਆਪਣੇ ਕੋਲ ਆਦਾ y = 5 ਇੱਥੇ ਆ ਗਿਆ 0 + 3 ਧਿਆਨ ਨਾਲ ਦੇਖੋ ਕਿਸ ਤਰ੍ਹਾਂ ਮੈਂ ਕਰ ਰਿਹਾ ਵਾ ਜਿਹੜੀ ਵੈਲਿਊ ਆਪਾਂ ਭਰਦੇ ਆ ਨਾ ਜਿਹੜੀ ਵੈਲਿਊ ਆਪਾਂ ਫੁੱਟ ਕਰਨੀ ਹੁੰਦੀ ਆ ਭਰਨੀ ਹੁੰਦੀ ਆ ਇਨ ਬ੍ਰੈਕਟ ਉਹਨੂੰ ਬ੍ਰੈਕਟ ਵਿੱਚ ਰੱਖਿਆ ਵਾ ਠੀਕ ਹੈ ਹੁਣ ਬ੍ਰੈਕਟ ਤੋਂ ਬਾਅਦ ਕੋਈ ਵੀ ਚੀਜ਼ ਪਈ ਹੋਵੇ ਤਾਂ ਗੁਣਾ ਹੁੰਦੀਆਂ ਨੇ ਆਪਸ ਵਿੱਚ ਦੋਵੇਂ 5 ਨੂੰ 0 ਨਾਲ ਮਲਟੀਪਲਾਈ ਕੀਤਾ 0 ਆਊਗਾ 0 + 3 3 y 3 ਆ ਗਿਆ ਹੁਣ ਦੇਖੋ ਕੀ ਫਰਕ ਪਿਆ ਕੁਛ ਨਹੀਂ ਫਰਕ ਪਿਆ ਇੱਥੇ y 0 ਸੀ x 3 ਆਇਆ ਸੀ ਉਧਰ x 0 ਆ ਤਾਂ y 3 ਆਇਆ ਠੀਕ ਹੈ ਪੁਆਇੰਟ ਉਹੀ ਆਣੀ ਹੈ x 1 y = 5 1 + 3 5 1 = 5 5 + 3 ਕਿੰਨਾ ਆਨਸਰ ਆ ਗਿਆ 8 ਇਹ 8 ਆ ਗਿਆ ਆਪਣੇ ਕੋਲ ਦੈਨ x = 2 y = 5 ਰੈਕਲੀ 2 + 3 y = 5 2 ਦਾ 10 10 + 3 13 y ਕਿੰਨਾ ਆ ਗਿਆ 13 ਠੀਕ ਹੈ ਹੁਣ ਦੇਖੋ ਆਪਣੇ ਕੋਲ ਇਹ ਆ ਗਿਆ 13 ਹੁਣ ਜਿਹੜੇ ਆਪਾਂ ਟੇਬਲ ਦੀਆਂ ਵੈਲਿਊਜ਼ ਵੇਖੀਏ ਸਭ ਤੋਂ ਵੱਡੀ ਵੈਲਿਊ ਕਿਹੜੀ ਆ 13 13 ਤੇ ਜਿਹੜਾ ਗ੍ਰਾਫ ਬਣੇਗਾ ਆਪਣੇ ਕੋਲ 13 ਬਾਏ 13 ਦਾ ਬਣੇਗਾ ਆਪਾਂ ਸਾਰੇ ਪਾਸੇ 13 13 ਨੂੰ ਪੁਆਇੰਟ ਲਵਾਂਗੇ ਇਹ ਕਰੈਂਟਰ ਇਧਰ ਪਹਿਲਾ ਪੁਆਇੰਟ ਕੀ ਆਪਾਂ ਉਹਨੂੰ ਏ ਨੰਬਰ ਰੱਖਦੇ ਆ ਇਹਨੂੰ ਬੀ ਦਿੰਦੇ ਆ ਆਪਾਂ ਇਹਨੂੰ ਕਿੰਨੇ ਆ ਸੀ ਨਾ ਹੁਣ ਏ ਦੇ ਜਿਹੜੇ ਪੁਆਇੰਟ ਆ ਉਹਦੇ ਵਿੱਚ x ਕਿੰਨਾ ਆਪਣੇ ਕੋਲ 0 y ਕਿੰਨਾ ਆ 3 x 0 ਪਹਿਲਾਂ ਕਿ ਤੁਸੀਂ y ਦਾ ਦੇਖੋ 3 ਆ ਨਾ ਪੁਆਇੰਟ ਕਿੱਥੇ ਲੱਗ ਗਿਆ ਆਪਣੇ ਕੋਲ 3 ਇਹ ਕਿਹੜਾ ਪੁਆਇੰਟ ਹੋ ਗਿਆ ਦੈਨ ਨੈਕਸਟ ਆਪਣੇ ਕੋਲ ਆ x 1 ਆ ਤੇ y ਕਿੰਨਾ ਆ 8 ਹੁਣ x 1 ਦਿੱਤੀ ਆ ਜਮਾ ਘਟਾਓ ਜ਼ਰੂਰ ਵੇਖਣੀ ਆ ਉਸ ਤੋਂ ਬਿਨਾ ਆਪਣਾ ਗ੍ਰਾਫ ਨਹੀਂ ਬਣੇਗਾ
प्लस का वन आ प्लस का एक्स हो गया एक वाई कितना चाहिए अठ वाई का अठ है ये बड़ा ए लाइन गई इधरों वाई इधर आपको ऊपर कटिया पॉइंट दो ते तेरा एक्स कितना दो वाई कितना तेरा एक्स दो वाई तेरा आ पॉइंट आ गया बी पॉइंट सी पॉइंट आ पॉइंट इन्हें जो है मिलता है आ ये लाइन अपने को इस तरह एडी लाइन अपने को एक लाइन बन गई अपने को एडी क्वेश्चन तो बढ़िया बाई इज इक्वल टू पांच एक्स जमा टेन बस इतने आप आई क्वेश्चन तो चेक कर लो फिर क्वेश्चन दिते अपने को जो ऑप्शन दित्तियां गई ने अपने को चार ही क्वेश्चन दित्तियां ने चार ही क्वेश्चन जो आप देखना है कि इक्वेशन जड़े है वो ग्राफ के पॉइंट बना रही है जो पहला अपने को की है एक्स वाई बराबर एक्स वाई इज इक्वल टू एक्स ਇਹਦਾ ਆਪਾਂ ਬਾਕਸ ਬਣਾ ਲਿਆ ਆਪਣੇ ਕੋਈ ਬਣਦਾ ਦੇਖੋ x y x 0 1 ਐਂਡ 2 x 0 ਲਿਆ ਆਪਾਂ x 0 ਤੇ y ਕਿੰਨੀ ਆ ਗਿਆ 0 ਦੋਨੇ 0 ਆ ਗਏ x 1 ਲਿਆ y ਕਿੰਨਾ ਆ ਗਿਆ 1 ਦੋਨੇ ਜਮਾਂ ਦੇ 1 ਆ ਗਏ x 2 ਲਿਆ y ਕਿੰਨਾ ਆ ਗਿਆ 2 ਆ ਗਿਆ ਮਤਲਬ ਕਿ ਉਹ ਜਿਹੜਾ ਗ੍ਰਾਫ ਆ ਤੇ ਗ੍ਰਾਫ ਦੇ ਪੁਆਇੰਟ ਆਪਣੇ ਕੋਲ ਕਿਹੜੇ ਆ ਗ੍ਰਾਫ ਪੁਆਇੰਟ ਗ੍ਰਾਫ ਪੁਆਇੰਟ ਉਹ ਹੈ ਕਿ ਆਪਣੇ ਕੋਲ 0 ਕੋਮਾ 0 माइनस वन 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 माइनस ये बड़े पॉइंट है आपके ठीक है पर इस इक्वेशन का तो नहीं पढ़िया कैंसर इक्वेशन सेकंड उनकी आपने को y प्लस x इज इक्वल टू जीरो जो x प्लस y होगा या y प्लस x जिसका मार्जिन लिखो ठीक है दो पॉजिटिव देंगे ये आ गया आपको y इज इक्वल टू माइनस x ठीक है हूँ आप इधर लेने हैं एक्स से वाई एक्स जीरो ले आप एक्स वैल्यू देखो आप भैया जीरो y इक्वल टू आ गया माइनस जीरो x जीरो पर आया y माइनस जीरो के तो मार्जिन आंसर है जीरो y जीरो आ गया x एक लिया x की वैल्यू एक करके ऊपर के जब y इज इक्वल टू माइनस वन x के ना पॉजिटिव है एक x जमा था एक का ना y का क्या आ गया एक तो माइनस एक हूँ रह गया अपने को जो दूसरा पॉइंट है वो भी दिता हुआ है आता आ गया अपने को एक माइनस एक रह गया माइनस एक तो एक ठीक है ਹੁਣ ਦੂਸਰੀ ਸਾਈਡ ਤੇ ਜੇ ਆਪਾਂ 2 ਲੈਂਦੇ ਆ ਠੀਕ ਹੈ ਜੀ ਵੈਲਿਊ 2 ਲੈਂਦੇ ਆ x 2 ਲਿਆ y ਆਦਾ ਆਪਣੇ ਕੋ ਮਾਈਨਸ ਦਾ 2 y ਮਾਈਨਸ ਦਾ 2 ਆਦਾ ਹੁਣ ਕੀ ਹੈ ਜੀ ਕੋਈ 2 ਪੁਆਇੰਟ ਦਿੱਤਾ ਨਹੀਂ ਹੈ ਨਹੀਂ ਨਾ ਦਿੱਤਾ ਹੁਣ ਉੱਥੇ ਕੀ ਉਹ ਪੁੱਠਾ ਚੱਲ ਗਿਆ ਹੁਣ ਉਹਨੇ ਇੱਥੇ ਕੀ ਕੀਤਾ ਉਹਨੇ y ਦੀ ਵੈਲਿਊ ਕੀ ਲਈ ਆ 1 y ਦੀ ਵੈਲਿਊ 1 ਲਈ ਆ ਹੁਣ ਆਪਾਂ y ਦੀ ਵੈਲਿਊ ਇੱਧਰ 1 ਭਰਨੀ ਆ ਆਪਾਂ ਇੱਥੇ 1 ਲਿਖਿਆ ਇੱਧਰ ਆ ਗਿਆ ਮਾਈਨਸ x ਆ ਗਿਆ ਹੁਣ ਜਿਹੜਾ ਇਹ ਵਾਲਾ ਮਾਈਨਸ ਹੈ ਇਹ ਇੱਧਰ ਚਲੇ ਜਾਣਾ ਇਹ ਹੋ ਗਿਆ ਮਾਈਨਸ 1 ਇਕਵਲ ਟੂ x x ਕਿੰਨਾ ਆ ਗਿਆ ਮਾਈਨਸ 1 ਹੁਣ y ਕਿੰਨਾ 1 ਤੇ x ਕਿੰਨਾ ਆ ਗਿਆ ਮਾਈਨਸ 1 ਆ ਗਿਆ ਪੁਆਇੰਟ ਠੀਕ ਹੈ ਆ ਜਿਹੜੇ ਆਨਸਰ ਆ ਜਿਹੜੇ ਆਪਣੇ ਕੋਈ ਬਣੇ ਵੈਸੇ ਆ ਜਿੰਨੇ ਵੀ ਪੁਆਇੰਟ ਨਿਕਲੇ ਨੇ ਇਹਦੇ ਸਾਰੇ ਪੁਆਇੰਟਸ ਨੂੰ ਆਪਾਂ ਇਕੁਏਸ਼ਨ ਪਰ ਅਗੇ ਨਾ ਆਨਸਰ 0 ਬਣਦਾ ਦੇਖੋ x y ਕਿੰਨਾ 0 0 x y ਦੀ ਜਗ੍ਹਾ 0 ਪਰ x ਦੀ ਜਗ੍ਹਾ 0 ਪੜਿਆ ਤੇ 0 ਬਰਾਬਰ 0 ਆ ਗਿਆ ਸੋਲੂਸ਼ਨ ਹੈਗਾ ਠੀਕ ਹੈ ਜਦੋਂ 0 0 ਆ ਗਿਆ ਸੋਲੂਸ਼ਨ ਹੈਗਾ 1 ਤੇ ਮਾਈਨਸ 1 x ਕਿੰਨਾ 1 y ਕਿੰਨਾ ਮਾਈਨਸ 1 ਇਹਦੀ ਜਿਹੜੇ ਕੋ ਮਾਈਨਸ 1 ਲਿਖਦੇ ਆ ਫੇਰ ਲਿਖਦੇ 1 ਆਨਸਰ ਕੀ ਆ ਗਿਆ ਮਾਈਨਸ 1 ਪਲੱਸ 1 ਕੀ ਆਨਸਰ ਆ ਗਿਆ ਮਾਈਨਸ 1 ਕਾ ਜਮਾ 1 ਜਾਂ ਇਦਾਂ ਵੀ ਲਿਖਿਆ ਹੋ ਸਕਦਾ 1 ਕਾ ਜਮਾ 1 ਇਹੀ ਮਤਲਬ ਹੁੰਦਾ ਹੁਣ ਇੱਥੇ ਇੱਕ ਕਾਲਾ ਦੇਖੋ ਜਮਾ ਦਾ ਆ ਇੱਕ ਕਾਲਾ ਮਾਈਨਸ ਦਾ ਆ ਇੱਕ ਕਾਲਾ ਆ ਇੱਕ ਕਾਲਾ ਉਹ ਵੀ ਚੀਜ਼ ਆ ਫਿਰ ਉੱਥੇ ਵੀ ਇੱਕ ਜਮਾ ਦਾ ਇੱਕ ਘਟਾਓ ਦਾ ਇੱਥੇ ਵੀ ਇੱਕ ਘਟਾਓ ਦਾ ਇੱਕ ਜਮਾ ਦਾ ਫਰਕ ਤਾਂ ਹੈ ਨਹੀਂ ਬਸ ਇੱਥੇ ਆ ਇੱਕ ਲਿਖਾ ਹੈ ਕਿ ਇਹਦੇ ਅੱਗੇ ਸਾਈਨ ਨਹੀਂ ਵਿੱਚ ਪਲੱਸ ਦਾ ਤੇ ਜਿਹਦੇ ਅੱਗੇ ਸਾਈਨ ਨਾ ਹੋਵੇ ਉਹ ਤਾਂ ਪਲੱਸ ਦੀ ਹੁੰਦੀ ਵੈਲਿਊ ਕਾਦੀ ਵੈਲਿਊ ਹੁੰਦੀ ਉਹ ਪਲੱਸ ਦੀ ਆ 0 ਬਰਾਬਰ 0 ਇਹ ਵੀ 0 ਬਣਾ ਗਿਆ ਇਹਨੇ ਵੀ ਵੈਲਿਊ ਤਾਂ ਕਰਕੇ ਇਹਦੇ ਆਨਸਰ 0 ਬਣਾ ਲੈਣਾ ਤੂੰ ਇਕੁਏਸ਼ਨ ਦਾ ਆਨਸਰ ਕਿਹੜਾ ਆ ਗਿਆ ਆਪਣੇ ਕੋ ਇਹ ਵਾਲੀ ਜਿਹੜੀ ਇਕੁਏਸ਼ਨ ਹੈ ਇਹ ਗ੍ਰਾਫ ਨੂੰ ਜਿਹੜੀ ਆ ਰੀਪ੍ਰੈਜ਼ੈਂਟ ਕਰ ਰਹੀ ਆ